ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਨਾਮ ਹੈ ਜੀ? ਪਵਨ ਕੁਮਾਰ। ਪਵਨ ਕੁਮਾਰ ਕਿੱਥੋਂ ਆਏ? ਪਵਨ ਕੁਮਾਰ ਜੀ ਕਾਂਗੜਾ ਤੋਂ। ਕਾਂਗੜਾ ਤੋਂ ਆਏ ਜੀ। ਠੀਕ। ਤੁਹਾਨੂੰ ਇਹ ਦਿੱਕਤ ਕਦੋਂ ਹੋਈ ਸੀਗੀ ਬਾਬਾ ਜੀ ਦੀ? ਸਰ ਮੇਰੇ ਕੋਲ ਜੀ 2016 ਕੀ ਪਰੇਸ਼ਾਨੀ ਆ ਰਹੀ ਸੀ ਤੁਹਾਨੂੰ? ਸਰ ਮੇਰੇ ਕੋਲ ਕਬਜ਼ ਹੋ ਜਾਂਦੀ ਸੀ ਔਰ ਲੈਟਰਿੰਗ ਕਰਨ ਨੂੰ ਦਿੱਕਤ ਹੁੰਦੀ ਸੀ, ਬਲੱਡ ਨਹੀਂ ਨਿਕਲਦਾ। ਅੱਛਾ, ਬਲੀਡਿੰਗ ਬਹੁਤ ਹੁੰਦੀ ਸੀ। ਜ਼ਿਆਦਾ ਦਿੱਕਤ ਬਲੀਡਿੰਗ ਦੀ ਸੀ ਜੀ। ਸਰ ਕਿੰਨੇ ਸਾਲ ਲੱਗ ਸੀ ਤੁਹਾਨੂੰ ਇਹ ਦਿੱਕਤ? ਸਰ 3-4। ਤਿੰਨ ਚਾਰ ਸਾਲ ਤੁਸੀਂ ਪਹਿਲਾਂ ਕਿਤੇ ਹੋਰ ਦਿਖਾਇਆ ਸੀ? ਕੋਈ ਹੋਰ ਟ੍ਰੀਟਮੈਂਟ ਕਰਾਇਆ? ਜੀ ਸਰ, ਮੈਂ ਗਿਆ ਤਾਂ ਬੈਜਨਾਥ ਪਪਰੋਲਾ ਮੇ ਗਿਆ। ਪਪਰੋਲਾ ਮੇ ਗਏ ਜੀ? ਅੱਛਾ, ਵਹਾਂ ਪੇ ਕਹਾਂ ਗਏ ਸੀ? ਬੈਜਨਾਥ ਪਪਰੋਲਾ ਮੇ ਜੋ ਹਸਪੀਟਲ ਜੋ ਹੈ। ਅੱਛਾ ਜੀ। ਉਧਰ ਗਿਆ ਤਾਂ ਉਹਨਾਂ ਨੇ ਮੇਰਾ ਚੈੱਕਅਪ ਕੀਆ ਤਾਂ ਮੇਰੇ ਕੋ ਉਹਨਾਂ ਨੇ ਇਹ ਬੋਲਾ ਕਿ ਅਭੀ ਆਪ ਦਵਾਈ ਖਾਓ ਔਰ ਸਹੀ ਹੋ ਜਾਏ। ਮੈਨੇ ਉਹਨਾਂ ਨੂੰ ਇਹ ਬੋਲਾ ਕਿ ਨਹੀਂ ਸਰ, ਮੈਂ ਪ੍ਰਾਈਵੇਟ ਕੰਮ ਕਰਦਾ ਹੂੰ, ਬਤਾਇਆ ਕਿ ਯੇ ਐਸੇ ਖਾਓ, ਕਭੀ ਦੁੱਧ ਪੀਓ ਗਾਏ ਕਾ। ਅੱਛਾ, ਯੇ ਪੀਓ। ਫਿਰ ਮੈਂ ਉਹ ਕਰਦਾ ਰਹਾ। ਬਤਾਇਆ ਹੈ ਔਰ ਵਹਾਂ ਪੇ ਬੜੀ ਹੋ ਜਾਏਗਾ ਔਰ ਮੈਂ ਅਭੀ ਸੈਟ ਹੂੰ, ਅਭੀ ਬੜੀਆ ਮੈਂ ਖਾ ਪੀ ਰਹਾ ਹੂੰ, ਤੋ ਯੇ ਹੈ ਕਿ ਮੇਰੇ ਕੋ ਕੋਈ ਦਿੱਕਤ ਨਹੀਂ ਹੈ ਔਰ ਤੂੰ ਵਹਾਂ ਚਲਾ ਜਾ ਔਰ ਐਸੇ। ਅੱਛਾ, ਉਹਨਾਂ ਨੇ ਬਤਾਇਆ ਕਿ ਇਲਾਜ ਕਰਾਉਣੇ ਦੇ ਬਾਅਦ ਉਹ ਬਿਲਕੁਲ ਸੈਟੀਸਫਾਈਡ ਹੈ, ਪੂਰਾ ਖਾ ਪੀ ਰਹੇ ਹੈ, ਆਪਣਾ ਕੰਮ ਕਰ ਰਹੀ ਹੈ ਵਹਾਂ ਪੇ ਔਰ ਜੋ ਸਟਾਫ ਹੈ ਬੜੀ ਸਟਾਫ ਹੈ, ਮਤਲਬ ਹਰ ਇੱਕ ਚੀਜ਼ ਦੀ ਫੈਸਿਲਿਟੀ ਹੈ ਵਹਾਂ ਪਰ। ਅੱਛਾ ਜੀ। ਤੋ ਫਿਰ ਵਹਾਂ ਪੇ ਚਲੇ ਜਾਓ। ਠੀਕ ਹੈ, ਸਹੀ ਰਹੋ। ਠੀਕ ਹੈ। ਫਿਰ ਆਪ ਆਜ ਯਹਾਂ ਪੇ ਆਏ, ਆਪ ਡਾਕਟਰ ਸੇ ਮਿਲੇ, ਯਹਾਂ ਪੇ ਆਪਣਾ ਟ੍ਰੀਟਮੈਂਟ ਕਰਵਾਇਆ, ਕੈਸਾ ਐਕਸਪੀਰੀਅੰਸ ਰਹਾ ਯਹਾਂ ਪੇ ਰਾਣਾ ਹਸਪੀਟਲ ਮੇ ਆਪਕਾ? ਸਰ ਬੜੀਆ ਰਹਾ ਯਹਾਂ ਪੇ। ਹੂੰ, ਬੜੀਆ ਹਰ ਚੀਜ਼ ਦੀ ਫੈਸਿਲਿਟੀ ਹੈ ਯਹਾਂ ਪਰ। ਹਾਂਜੀ ਹਾਂਜੀ। ਔਰ ਯਹਾਂ ਕਾ ਸਟਾਫ ਵੀ ਜੋ ਹੈ ਬੜੀਆ। ਅੱਛਾ ਜੀ। ਔਰ ਆਪਰੇਸ਼ਨ ਹੈ ਆਪਕਾ, ਆਪਰੇਸ਼ਨ ਹੋ ਗਿਆ, ਆਪਰੇਸ਼ਨ ਸੇ ਪਹਿਲੇ ਜਾਂ ਬਾਅਦ ਮੇ ਕੋਈ ਪਰੇਸ਼ਾਨੀ ਆਈ ਹੋ ਆਪਕੋ? ਨਹੀਂ ਸਰ, ਯਹਾਂ ਪੇ ਕੋਈ ਪਰੇਸ਼ਾਨੀ ਨਹੀਂ ਹੈ, ਪੂਰਾ ਕੰਫਰਟੇਬਲ ਰਹੇ, ਕੋਈ ਦਿੱਕਤ ਨਹੀਂ ਆਈ ਕੋਈ ਤਰ੍ਹਾਂ ਦੀ। ਅੱਜ ਕੱਲ ਬਹੁਤ ਲੋਕ ਐਸੇ ਹੈ ਕਿ ਜੋ ਆਪਰੇਸ਼ਨ ਕੇ ਨਾਮ ਸੇ ਡਰਤੇ ਹੈ, ਲੋਕੋਂ ਕੋ ਲਗਤਾ ਹੈ ਕਿ ਆਪਰੇਸ਼ਨ। ਸਰ ਤੋ ਯੇ ਬਾਤ ਹੀ ਹੈ ਕਿ ਹਮਾਰੇ ਕੋ ਕੋਈ ਦਿੱਕਤ ਹੈ। ਤੋ ਹਮ ਆਪਰੇਸ਼ਨ ਸੇ ਵੀ ਸੇ ਨਹੀਂ ਡਰਨਾ। ਕੋਈ ਤੋ ਹਮਾਰੇ ਕੋ ਬਤਾ। ਹਾਂ ਜੀ, ਜ਼ਰੂਰ ਕੋ ਦਿੱਕਤ ਹੋਈ। ਬਹੁਤ ਲੋਕ ਐਸੇ ਕਿ ਆਪਰੇਸ਼ਨ ਸੇ ਡਰਤੇ ਹੈ, ਹਮਾਰੇ ਆਪਰੇਸ਼ਨ ਕੀ ਬਜਾਏ ਦੇਸੀ ਇਲਾਜ ਜਾਂ ਦਵਾਈ ਸੇ ਕੋਈ ਦੇਸੀ ਨੁਸਖੇ। ਕਾਫੀ ਹੈ, ਆਪਨੇ ਯੇ ਬੋਲਾ ਹੈ ਕਿ 100 ਮੇ ਸੇ ਜੋ 70% ਜੋ ਲੋਕ ਹੈ ਵੋ ਡਰਤੇ ਹੈ ਔਰ ਸ਼ਰਮਾਤੇ ਹੈ ਔਰ ਬਿਮਾਰੀ ਸੇ ਵੀ ਸ਼ਰਮਾਣਾ ਨਹੀਂ ਚਾਹੀਏ। ਹਾਂਜੀ, ਕੱਲ ਕੋ ਯੇ ਬੜ ਜਾਏਗੀ ਹਮਾਰੇ ਯਹਾਂ। ਯੇ ਸਬਸੇ ਬੜੀ ਬਾਤ ਹੈ। ਯੇ ਹਮਾਰੇ ਯਹਾਂ ਇੱਕ ਬੰਦਾ ਥਾ, ਉਸਕੋ ਯੇ ਬਵਾਸੀਰ ਕੀ ਪ੍ਰੋਬਲਮ ਥੀ, ਤੋ ਵੋ ਖਾਤਾ ਰਹਾ ਕੁਛ, ਤੋ ਫਿਰ ਉਸਕੇ ਬਾਅਦ ਉਸਕੋ ਨਾ ਕੁਛ ਹੋਰ ਬਣ ਗਿਆ ਉਸਕੋ, ਤੋ ਵੋ ਉਸਕੇ ਬਾਅਦ ਹਮਾਰੇ ਯਹਾਂ ਟਾਂਡਾ ਹੈ ਟਾਂਡਾ ਮੇ। ਅੱਛਾ, ਜੋ ਬਾਅਦ ਉਸਕਾ ਟ੍ਰੀਟਮੈਂਟ ਹੋਗਾ ਤੋ ਉਹਨਾਂ ਨੇ ਉਸਕੋ ਚੰਡੀਗੜ੍ਹ ਮੇ ਰੈਫਰ ਕਰ ਦੀ, ਉਸਕੇ ਟੈਸਟ ਟੂਸਟ ਹੋਗੇ, ਤੋ ਫਿਰ ਵਾਪਸੀ ਉਸਕਾ ਟਾਂਡਾ ਮੇ ਵਹਾਂ ਪੇ ਇਲਾਜ ਹੋਗਾ। ਗੱਲ ਕਰਕੇ ਪਤਾ ਲੱਗੀ ਇਹ ਬਿਮਾਰੀ ਤੋਂ ਕਾਫੀ ਦੇਰ ਤੋਂ ਪਰੇਸ਼ਾਨ ਸੀਗੇ। ਇਹਨਾਂ ਨੇ ਆਪਣਾ ਟਾਈਮ ਸਿਰ ਇਲਾਜ ਕਰਾਇਆ, ਇਹਨਾਂ ਦੱਸਿਆ ਇਹਨਾਂ ਦਾ ਇੱਕ ਦੋਸਤ ਸੀਗਾ ਉਹ ਪਹਿਲਾਂ ਇਹਨਾਂ ਦੇ ਵਾਂਗ ਹੀ ਦੇਸੀ ਨੁਕਤਿਆਂ 'ਚ ਪਿਆ ਰਿਹਾ, ਤੇ ਉਹ ਸਹੀ ਇਲਾਜ ਨਾ ਹੋਣ ਕਰਕੇ ਉਹਦੀ ਬਿਮਾਰੀ ਇੰਨੀ ਜ਼ਿਆਦਾ ਵੱਧ ਗਈ ਸੀਗੀ ਕਿ ਉਹਦਾ ਉਸ ਏਰੀਏ 'ਚ ਟ੍ਰੀਟਮੈਂਟ ਕਰਾਉਣਾ ਔਖਾ ਹੋ ਗਿਆ ਸੀ। ਉਹਨੂੰ ਪਹਿਲਾਂ ਚੰਡੀਗੜ੍ਹ ਰੈਫਰ ਕਰਤਾ, ਉਸ ਤੋਂ ਬਾਅਦ ਵੀ ਕਾਫੀ ਪਰੇਸ਼ਾਨ ਰਿਹਾ। ਉਸ ਚੀਜ਼ ਨੂੰ ਦੇਖਦੇ ਹੋਏ ਭਾਈ ਸਾਹਿਬ ਨੇ ਆਪਣੇ ਆਪ ਨੂੰ ਬਿਲਕੁਲ ਵੀ ਢਿੱਲ ਨਾ ਦਿੰਦੇ ਹੋਏ ਆਪਣਾ ਸਮੇਂ 'ਤੇ ਇਲਾਜ ਕਰਾਇਆ, ਤੇ ਕਹਿੰਦੇ ਵੀ ਬਾਕੀ ਪੇਸ਼ੈਂਟ ਵੀ ਨੇ ਜਿਹੜੇ ਉਹ ਆਪਣਾ ਸਮੇਂ ਸਿਰ ਇਲਾਜ ਕਰਨ, ਨਹੀਂ ਤਾਂ ਬਿਮਾਰੀ ਦਾ ਕੁਛ ਤੋਂ ਕੁਛ ਬਣ ਸਕਦਾ।